सुजानपुर के पुल नंबर 4 पर उस समय एक बड़ा हादसा हो गया जब एक ट्रक बेकाबू होकर पुल के नजदीक स्थित दुकानों में जा घुसा, जिसके कारण दुकानों के काउंटर दीवारों को नुकसान पहुंचा। तो वहीं इस हादसे के कारण दुकानदार भी घायल हो गए बताए गए। घायलों को सड़क सुरक्षा फोर्स के जवानों की मदद से इलाज के लिए अस्पताल पहुंचाया गया। स्थानीय दुकानदारों और घटना के चश्मदीदों की माने तो तेज रफ्तार ट्रक अनियंत्रित होकर दुकानों में जा घुसा, जिसके कारण तुरंत दुकान में फंसे लोगों को कड़ी मशक्कत के बाद बाहर निकाला गया। लोगों ने हाईवे पर बैरिकेड्स और ट्रैफिक लाइट्स लगाए जाने की मांग की है, ताकि ऐसे हादसों पर अंकुश लगाया जा सके। ਅਸੀਂ ਗਸ਼ਤ ਦੀ ਡਿਊਟੀ ਕਰ ਰਹੇ ਸੀਗੇ ਸੜਕ ਸੁਰੱਖਿਆ ਫੋਰਸ ਦੀ ਮਲਕਪੁਰ ਤੋਂ ਮਾਧੋਪੁਰ ਰੋਡ, ਮਾਧੋਪੁਰ ਤੋਂ ਆ ਰਹੇ ਸੀਗੇ ਅਸੀਂ ਮਲਕਪੁਰ ਸਾਈਡ ਗਸ਼ਤ ਦੇ ਦੌਰਾਨ, ਤੇ ਸਾਡੇ ਸਾਹਮਣੇ ਸਾਹਮਣੇ ਟਰੱਕ ਓਵਰ ਸਪੀਡ ਸੀਗਾ ਆ ਰਿਹਾ, ਓਵਰ ਸਪੀਡਿੰਗ ਕਰ ਰਹੇ ਥੇ ਜੋ ਪੁਲਿਸ ਨੇ ਪੱਕੇ ਨਾਕੇ ਲਾਏ ਰਹੇ ਹੈ। ਉੱਥੇ ਆਪਣੀ ਸਪੀਡ ਘੱਟ ਨਹੀਂ ਕਰਦੇ ਹੋਏ ਉਹ ਬਚਾਉਣ ਦੇ ਲਈ ਨਾਕਿਆਂ ਤੋਂ ਲੈਫਟ ਸਾਈਡ ਨੂੰ ਮੁੜ ਗਿਆ ਤੇ ਦੂਸਰੀ ਰੋਡ ਦੀ ਸਾਈਡ ਆ ਗਿਆ। ਦੂਸਰੀ ਸਾਈਡ ਰੋਡ ਦੇ ਕਠੂਏ ਜਾ ਰਿਹਾ ਸੀਗਾ ਬੇਟਾ ਆਪਣੀ ਮੰਮੀ ਨਾਲ, ਉਹਦੀ ਗੱਡੀ ਨੂੰ ਵੀ ਦੁਰਘਟਨਾਗ੍ਰਸਤ ਕੀਤਾ ਤੇ ਇੱਥੇ ਹਲਵਾਈ ਦੁਕਾਨ ਦੇ ਅੰਦਰ ਉਹ ਵੜ ਗਿਆ। ਮੌਕੇ ਤੇ ਫਿਰ ਫਸਟ ਏਡ ਦਿੱਤੀ ਉਹਨਾਂ ਨੂੰ, ਐਸ ਕੇ ਆਰ ਹੋਸਪਿਟਲ ਮਲਕਪੁਰ ਪਹੁੰਚਾਇਆ ਤੇ 3 ਜ਼ਖਮੀ ਨੇ ਟੋਟਲ, ਪਰ ਤਿੰਨੋਂ ਸੇਫ ਨੇ, ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਆਪਾਂ ਗਸ਼ਤ ਕਰ ਰਹੇ ਸੀਗੇ, ਸਾਡਾ ਹੋਲਡਿੰਗ ਪੁਆਇੰਟ ਹੈ ਜੀ ਪੁਲ ਨੰਬਰ 4 ਤੇ ਪੁਲ ਨੰਬਰ 4 ਤੇ ਸੀਗੇ। ਐਸ ਕੇ ਆਰ ਹਸਪਤਾਲ ਮਲਕਪੁਰ ਜਾਓ, ਕੰਡੀਸ਼ਨ ਠੀਕ ਹੈ ਵੈਸੇ, ਇੱਕ ਤੇ ਬੇਸੁੱਧ ਹੈ, ਦੋ ਠੀਕ ਨੇ। ਇੱਕ I-20 ਹੈ, ਇੱਕ ਟਰੱਕ ਹੈ, ਟਰੱਕ ਆ ਰਿਹਾ ਸੀਗਾ ਜੰਮੂ ਤੋਂ, ਓਵਰ ਸਪੀਡ ਸੀ। ਲਲਿਤ ਮਹਿਰਾ ਜੀ, ਕੀ ਗੱਲਬਾਤ ਹੋਈ ਹੈ? ਸਰ ਮੈਂ ਦੁਕਾਨ ਦੇ ਅੰਦਰ ਬੈਠਾ ਸੀ, ਮੈਂ ਆਪਣਾ ਕੰਮ ਕਰ ਰਿਹਾ ਸੀ, ਇਧਰੋਂ ਦੀ ਰੋਡ ਵੱਲੋਂ ਆਇਆ ਟਰੱਕ ਨਾਲ, ਇਹ ਪੀਤੀ ਬੜੀ ਸ਼ਰਾਬ ਪੀਤੀ, ਮੇਰੇ ਬੋਤਲਾਂ ਵੀ ਨਿਕਲੀ ਆ, ਫਿਰ ਉਹ ਬ੍ਰੇਕ ਲੱਗੀ ਸਿੱਧਾ ਅੰਦਰ ਬਾਹਰ, ਕਾਰ ਵਾਲਾ ਵੀ ਟੁੱਟਿਆ ਜੀ। ਟਰੱਕ ਕਿੱਧਰੋਂ ਆਇਆ ਸੀ? ਇਧਰੋਂ ਮਾਧੋਪੁਰ ਵੱਲੋਂ ਜੀ। ਕਿੰਨਾ ਕੁ ਵਕਤ ਹੋਇਆ ਜੀ? ਨੁਕਸਾਨ ਮੇਰਾ ਜੀ 3 ਲੱਖ ਦਾ ਨੁਕਸਾਨ ਘੱਟੋ ਘੱਟ ਹੋ ਗਿਆ। ਮੈਂ ਦੁਕਾਨ ਦੇ ਅੱਗੇ ਸੀ ਜਿੱਥੇ ਬਾਹਰੀ ਬੈਠੇ ਸੀ, ਮੈਂ ਦੋ ਮੁੰਡੇ ਹੋਰ ਹੀ ਮੇਰੇ ਨਾਲ ਬੈਠੇ ਨੇ ਜਿਹੜੇ ਮੇਰੇ ਕੋਲ ਕੰਮ ਕਰਦੇ ਲੇਬਰ ਵਾਲੇ। ਹਾਂਜੀ ਹਾਂਜੀ, ਮੌਕੇ ਦੇ ਗਏ ਇੱਥੇ ਪ੍ਰਸ਼ਾਸਨ। ਉਹੀ ਮੰਗ ਨੇ ਜਿਹੜੇ ਟਰੱਕ ਸ਼ਰਾਬ ਪੀ ਕੇ ਚਲਾਉਂਦੇ ਹੁੰਦੇ, ਨਕੇਲ ਰੱਸੀ ਆਏ ਬਸ, ਤੋਂ ਨੁਕਸਾਨ ਹੋਇਆ ਮੈਨੂੰ ਦਿੱਤਾ ਜੇ। ਕਿਹਾ ਜਾਂਦਾ ਹੈ ਹਿੰਦੁਸਤਾਨ ਮੇਂ ਕਿਸੀ ਵੀ ਬਿਮਾਰੀ ਕਾ ਇਲਾਜ ਕਰਵਾਉਣਾ ਬਹੁਤ ਮੁਸ਼ਕਿਲ, ਬਹੁਤ ਮਹਿੰਗਾ। ਗਲਤ, ਆਪ ਸਵੈਰਿਆ ਜਨਸਾ ਫਾਊਂਡੇਸ਼ਨ ਕੇ ਮੈਂਬਰ ਬਣੋ, ਬਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਆਨੇ ਵਾਲੇ 5 ਸਾਲ ਤੱਕ ਆਪਕਾ ਪੂਰਾ ਇਲਾਜ ਫ੍ਰੀ ਕਰੇਗਾ। ਧੰਨਵਾਦ।